हेलो नाइन्थ क्लास, चलो असी हुण करिए एक्सरसाइज 3.1। 3.1 लई साडा क्वेश्चन नंबर 1 है। दो क्वेश्चन इस एक्सरसाइज दे। पहला क्वेश्चन हैगा, एक व्यक्ति नूं तुसीं अपने अध्ययन मेज रखे टेबल लैंप दी स्थिति किस तरह दसोगे। अध्ययन मेज कहड़ा हुंदा, जिते बैठ के तुसीं कुर्सी टेबल ते बैठ के पढ़दे ना, स्टडी टेबल जिहनूं बोलदे इंग्लिश बोलदे आ। देखो नैक्सट आ गए इंग्लिश दे विच वी। हाउ विल यू डिस्क्राइब द पोजिशन ऑफ टेबल लैंप ऑन योर स्टडी टेबल टू अनदर परसन। किसी दूजे बंदे नूं तुसीं किद्दां दसोगे, है ना, कि मेरा लैंप जिहड़ा टेबल दे किथे पिया आ, है ना, सज्जे पिया खब्बे पिया, एग्जैक्ट पोजिशन उहदी किद्दां दसोगे तुसीं। ठीक है, सो इदां दा टेबल है इह, मान लो मैं हुण टेबल दी ओह 3D शकल नहीं बनाई, सिर्फ टेबल दा फ्रंट उपरला हिस्सा बनाया। ठीक है, जिहड़ा उपरले पासे दा आयताकार। ਤੇ ਮੰਨ ਲਓ ਇੱਥੇ ਤੁਹਾਡਾ ਲੈਂਪ ਪਿਆ, ਠੀਕ ਹੈ, ਇੱਥੇ ਤੁਹਾਡੀ ਚੇਅਰ ਹੈ, ਜੇ ਚੇਅਰ ਹੈ ਤੇ ਇਹ ਫਰੰਟ ਸਾਈਡ ਹੋ ਗਈ, ਠੀਕ ਹੈ, ਇਹ ਇਹਦੀ ਲੈਫਟ ਐਜ ਹੋ ਗਿਆ, ਲੈਫਟ ਐਜ ਇਹਦਾ ਹੋ ਗਿਆ ਟੇਬਲ ਦਾ, ਇੱਧਰ ਰਾਈਟ ਹੈ, ਇੱਧਰ ਆਪੋਜ਼ਿਟ ਐਜ ਹੋ ਗਿਆ, ਹੈ ਨਾ। ਸੋ ਹੁਣ ਅਸੀਂ ਇਹਨੂੰ ਮੰਨ ਲਓ ਕਿ ਇਸ ਇਹਨੂੰ ਅਸੀਂ ਓਰੀਜਨ ਮੰਨ ਲਈਏ, ਇਸ ਪੁਆਇੰਟ ਨੂੰ ਅਸੀਂ ਓਰੀਜਨ ਮੰਨ ਕੇ ਚੱਲੀਏ ਕਿ ਜੇ ਓਰੀਜਨ ਹੈ ਤੇ ਇਹ ਸਾਡਾ ਐਕਸ ਐਕਸਿਸ ਹੋ ਗਿਆ, ਇਹ ਸਾਡਾ ਵਾਈ ਐਕਸਿਸ ਹੋ ਗਿਆ। ਠੀਕ ਹੈ, ਐਕਸ ਧੁਰਾ ਤੇ ਵਾਈ ਧੁਰਾ ਹੋ ਗਿਆ। ਹੁਣ ਇਹ ਜਿਹੜਾ ਲੈਂਪ ਹੈ, ਇੱਥੋਂ ਜਿਹੜੀ ਇਹ ਵਾਲੀ ਦੂਰੀ ਆ, ਇਹ ਪਰਪੈਂਡੀਕੁਲਰ ਦੂਰੀ ਆ, ਇਹ ਕੀ ਆ, ਇਹ ਵਾਈ ਹੋਏਗੀ ਨਾ, ਪਰਪੈਂਡੀਕੁਲਰ ਦੂਰੀ ਵਾਈ ਹੁੰਦੀ ਹੈ, ਤੇ ਇਹ ਇਥੋਂ ਦੀ ਪਰਪੈਂਡੀਕੁਲਰ ਦੂਰੀ ਜਿਹੜੀ ਐਕਸ ਹੋਏਗੀ, ਮਤਲਬ ਵਾਈ ਧੁਰੇ ਤੋਂ ਜਿੰਨਾ ਦੂਰ ਹੋਏਗਾ, ਵਾਈ ਧੁਰੇ ਤੋਂ ਜਿੰਨਾ ਦੂਰ, ਇਹ ਐਕਸ ਹੁੰਦਾ ਨਾ ਸਾਡਾ, ਇਹ ਵਾਲੀ ਚੀਜ਼ ਇਹ ਐਕਸ ਹੁੰਦੀ ਹੈ, ਹੈ ਨਾ, ਇਹ ਵੀ ਫਿਰ ਵਾਈ ਧੁਰੇ ਤੋਂ ਦੂਰੀ ਹੋ ਗਈ ਨਾ ਐਕਸ। ਅਸੀਂ ਮੰਨ ਲੈਂਦੇ ਹਾਂ ਕਿ ਇਹ ਹੈਗਾ ਸਾਡਾ ਐਕਸ, ਤੇ ਇੱਧਰ ਹੈਗੀ ਇਹ ਵਾਈ, ਇਹ ਦੂਰੀ ਜਿਹੜੀ ਆ ਐਕਸ ਹੈ ਤੇ ਇਹ ਦੂਰੀ ਵਾਈ ਆ। ਇਹ ਹੁਣ ਤੁਹਾਡੇ ਟੇਬਲ ਦੇ ਹਿਸਾਬ ਨਾਲ ਹੋਣੀ ਨਾ, ਟੇਬਲ ਕਿੰਨਾ ਤੁਸੀਂ ਮਿਣ ਕੇ ਦੇਖ ਲੈਣਾ ਸਕੇਲ ਦੇ ਨਾਲ, ਟੇਬਲ ਲੈਂਪ ਕਿੱਥੇ ਆ, ਕਿੱਥੋਂ ਕਿੱਥੇ ਆ, ਉਹ ਤੁਸੀਂ ਐਕਸ ਵਾਈ ਦੇ ਹਿਸਾਬ ਨਾਲ ਉੱਥੇ ਉਹਦੀ ਕੀਮਤਾਂ ਲਾ ਦੇਣੀਆਂ, ਹੈ ਨਾ। ਸੋ ਇਹਦੇ ਫਿਰ ਸਾਡੇ ਪੁਆਇੰਟ ਕੀ ਹੋਣੇ ਆ, ਵਾਈ ਤੋਂ ਦੂਰੀ ਐਕਸ, ਮਤਲਬ ਐਕਸ ਕੋਆਰਡੀਨੇਟ ਅਸੀਂ ਪਹਿਲਾਂ ਲਿਖਦੇ ਹਾਂ, ਤੇ ਇਹਦੇ ਬਿੰਦੂ ਦੇ ਪੁਆਇੰਟ ਅਸੀਂ ਐਕਚੁਅਲੀ ਕੀ ਦੱਸਾਂਗੇ, ਐਕਸ ਕੋਮਾ ਵਾਈ। ਐਕਸ ਵਾਈ ਹੁਣ ਕੁਝ ਵੀ ਤੁਹਾਡੇ ਟੇਬਲ ਦੇ ਹਿਸਾਬ ਨਾਲ ਮਾਪ ਹੋ ਸਕਦਾ, ਠੀਕ ਹੈ, ਤੁਸੀਂ ਇਹ ਜਿੰਨੀ ਚੀਜ਼ ਜਿੱਥੋਂ ਮਾਪੋਗੇ ਨਾ, ਜਿਹੜੀ ਜਿੱਥੋਂ ਤੁਹਾਡੀ ਸਿੱਧੀ ਲਾਈਨ ਇੱਦਾਂ ਇਹ ਜਾਂਦੀ ਆ, ਇਹ ਤੁਹਾਡਾ ਐਕਸ ਦੂਰੀ ਹੈ, ਇਹ ਤੁਹਾਡੀ ਵਾਈ ਧੁਰੇ ਤੋਂ ਬਿੰਦੂ ਦੀ ਦੂਰੀ ਆ, ਤੇ ਇਹ ਵਾਲੀ ਜਿਹੜੀ ਹੈਗੀ ਆ ਇਹ ਵਾਈ ਦੂਰੀ ਆ, ਠੀਕ ਹੈ, ਇਹ ਤੁਹਾਡੀ ਐਕਸ ਧੁਰੇ ਤੋਂ ਬਿੰਦੂ ਉਹਦੀ ਦੂਰੀ ਆ ਲੈਂਪ ਦੀ, ਠੀਕ ਹੈ, ਤਾਂ ਉਹਦੇ ਕੋਆਰਡੀਨੇਟ ਸਾਡੇ ਬਣਨੇ ਆ ਐਕਸ ਤੇ ਵਾਈ। ਓਕੇ, ਬੜਾ ਸੌਖਾ ਕੁਸ਼ਚਨ ਸੀ, ਤੁਸੀਂ ਟੇਬਲ ਬਣਾ ਕੇ ਸੋਹਣਾ ਜਿਹਾ ਸਵਾਲ ਕਰਨਾ, ਠੀਕ ਹੈ ਨਾ। ਹਾਂਜੀ, ਹੁਣ ਅਸੀਂ ਦੂਸਰੇ ਕੁਸ਼ਚਨ ਤੇ ਆ ਜਾਈਏ। ਦੂਸਰਾ ਕੁਸ਼ਚਨ ਸਾਡਾ ਸੜਕ ਯੋਜਨਾ ਦਾ ਹੈਗਾ, ਤੇ ਉਹਦੀ ਸਟੇਟਮੈਂਟ ਬਹੁਤ ਲੰਬੀ ਆ, ਇਸ ਕਰਕੇ ਉਹਦੀ ਸਟੇਟਮੈਂਟ ਇੱਥੇ ਮੈਂ ਪੂਰੇ ਦੇ ਵੀ ਲਿਖੂੰਗੀ ਤਾਂ ਸ਼ਾਇਦ ਉਹ ਪੂਰੀ ਨਹੀਂ ਆਣੀ, ਤਾਂ ਸਟੇਟਮੈਂਟ ਮੈਂ ਨਾਲ ਨਾਲ ਸਮਝਾਈ ਜਾਵਾਂਗੀ, ਠੀਕ ਹੈ। ਮੇਨ ਉਹਦੇ 'ਤੇ ਸੜਕ ਯੋਜਨਾ ਹੈ, ਸੜਕਾਂ ਦੀ ਯੋਜਨਾ ਹੈਗੀ ਆ। ਇੱਕ ਨਗਰ ਵਿੱਚ ਦੋ ਮੁੱਖ ਸੜਕਾਂ, ਨਗਰ ਮਤਲਬ ਸ਼ਹਿਰ, ਹੈ ਨਾ, ਇੱਕ ਨਗਰ ਦੇ ਵਿੱਚ ਦੋ ਮੁੱਖ ਸੜਕਾਂ ਆ, ਮੇਨ ਰੋਡਸ ਹੈਗੀਆਂ ਦੋ, ਜੋ ਨਗਰ ਦੇ ਕੇਂਦਰ 'ਤੇ ਮਿਲਦੀਆਂ ਹਨ, ਜਿੱਥੇ ਮਿਲਦੀਆਂ ਉੱਥੇ ਨਗਰ ਦਾ ਸੈਂਟਰ ਹੈ, ਮਤਲਬ ਬਿਲਕੁਲ ਸੈਂਟਰ 'ਚ ਹੈ ਨਗਰ ਦੇ। ਇਹ ਦੋ ਸੜਕਾਂ ਉੱਤਰ ਦੱਖਣ ਦਿਸ਼ਾ ਅਤੇ ਪੂਰਵ ਪੱਛਮ ਦਿਸ਼ਾ ਵਿੱਚ ਹਨ। ਹੁਣ ਜਿਹੜੀਆਂ ਮੇਨ ਰੋਡ ਹੈਗੀਆਂ ਨਾ, ਉਹਨਾਂ ਨੇ ਸਾਨੂੰ ਦਿਸ਼ਾ ਦੱਸ ਦਿੱਤੀ, ਉਹਨਾਂ ਦੀ ਦਿਸ਼ਾ ਕੀ ਹੈਗੀ ਆ, ਇੱਕ ਦੀ ਨੌਰਥ ਸਾਊਥ ਹੈ, ਇੱਕ ਸਾਡੀ ਦਿਸ਼ਾ ਜਿਹੜੀ ਉਹਦੀ ਨੌਰਥ ਸਾਊਥ। ਤੁਹਾਨੂੰ ਪਤਾ ਕਿ ਇੱਦਾਂ ਹੁੰਦੀ ਹੈ ਜਦੋਂ ਅਸੀਂ ਨਕਸ਼ਾ ਬਣਾਉਂਦੇ ਹਾਂ ਸੋਸ਼ਲ ਸਟੱਡੀ 'ਚ, ਅਤੇ ਨੌਰਥ ਸਾਊਥ, ਸਾਊਥ ਥੱਲੇ ਹੁੰਦਾ ਆ ਅਤੇ ਨੌਰਥ ਉੱਪਰ ਹੁੰਦਾ, ਠੀਕ ਹੈ। ਤੁਸੀਂ ਕਾਪੀ ਤੇ ਸਕੇਲ ਨਾਲ ਤੇ ਪੈਨਸਲ ਨਾਲ ਬਣਾਉਣਾ ਇਹ। ਤੇ ਦੂਸਰੀ ਜਿਹੜੀ ਆ ਉਹ ਕੀ ਆ ਸਾਡੀ, ਈਸਟ ਵੈਸਟ, ਅਸੀਂ ਬੋਲਦੇ ਪਹਿਲਾਂ ਈਸਟ ਆ, ਜਦ ਈਸਟ ਇੱਧਰ ਹੁੰਦਾ ਆ ਤੇ ਵੈਸਟ ਇੱਧਰ ਹੁੰਦਾ, ਠੀਕ ਹੈ। ਇੱਦਾਂ ਸੜਕਾਂ ਆ ਜਿੱਥੇ ਮਿਲਦੀਆਂ, ਇਹ ਨਗਰ ਦਾ ਸੈਂਟਰ ਆ, ਮਲੇ ਦੇ ਚਾਰ 'ਚ ਫਿਰ ਨਗਰ ਬੈਠਾ ਆ, ਨਗਰ ਹੈਗਾ ਵਸਿਆ ਹੋਇਆ, ਅਤੇ ਅਸੀਂ ਉਹਦੀ ਸੜਕ ਯੋਜਨਾ ਦੇਖਣੀ, ਅਸੀਂ ਸੜਕ ਯੋਜਨਾ ਉਹਦੀ ਕਿੱਦਾਂ ਦੀ ਆ, ਠੀਕ ਹੈ। ਤਾਂ
ਹੁਣ ਉਹ ਕੀ ਕਹਿੰਦੇ ਆ ਕਿ ਜਿਹੜੀਆਂ ਮੇਨ ਸੜਕਾਂ ਆ ਇਹਨਾਂ ਦੇ ਸਮਾਨ ਅੰਤਰ 200 ਮੀਟਰ ਦੀ ਦੂਰੀ ਤੇ ਬਾਕੀ ਦੀਆਂ ਜਿਹੜੀਆਂ ਸੜਕਾਂ ਹੈਗੀਆਂ ਨਾ ਉਹ ਹੈਗੀਆਂ ਠੀਕ ਹੈ ਨਗਰ ਦੀਆਂ ਬਾਕੀ ਸੜਕਾਂ ਇਹਨਾਂ ਮੁੱਖ ਸੜਕਾਂ ਦੇ ਸਮਾਨ ਅੰਤਰ 200 ਮੀਟਰ ਦੀ ਦੂਰੀ ਤੇ ਹਨ ਠੀਕ ਹੈ ਤੇ ਹਰੇਕ ਦਿਸ਼ਾ ਵਿੱਚ ਲਗਭਗ 5 ਸੜਕਾਂ ਆ ਹਰੇਕ ਦਿਸ਼ਾ ਦੇ ਵਿੱਚ ਜੇ ਇੱਧਰ ਨੂੰ ਚੱਲਾਂਗੇ ਤਾਂ ਵੀ 5 ਸੜਕਾਂ ਆ ਜੇ ਇੱਧਰ ਨੂੰ ਚੱਲਾਂਗੇ ਤਾਂ ਵੀ 5 ਸੜਕਾਂ ਆ ਠੀਕ ਹੈ ਤਾਂ ਪੈਮਾਨਾ ਜਿਹੜਾ 1 ਸੈਂਟੀਮੀਟਰ ਬਰਾਬਰ 200 ਮੀਟਰ ਦਾ ਪੈਮਾਨਾ ਅਸੀਂ ਯੂਜ਼ ਕਰਨਾ ਮਤਲਬ ਅਸੀਂ 1-1 ਸੈਂਟੀਮੀਟਰ ਤੇ ਨਿਸ਼ਾਨੀ ਲਾਉਣੀ ਆ ਤੁਹਾਨੂੰ ਮੰਨਣਾ ਕਿ ਉਹ 200 ਮੀਟਰ ਹੈ ਕਾਗਜ਼ ਤੇ ਅਸੀਂ 200 ਮੀਟਰ ਥੋੜੀ ਨਾ ਦਿਖਾ ਸਕਦੇ ਹਾਂ ਸੋ ਆਪਣੀ ਨੋਟਬੁੱਕ ਤੇ ਨਗਰ ਦਾ ਮਾਡਲ ਬਣਾਉਣਾ ਆ ਤੇ ਸੜਕਾਂ ਨੂੰ ਇਕੱਲੀਆਂ ਰੇਖਾ ਨਾਲ ਨਿਰੂਪਿਤ ਕਰਨਾ ਆ ਸੜਕਾਂ ਜਿਹੜੀਆਂ ਉਹਨੂੰ ਤੁਸੀਂ ਇੱਦਾਂ ਨਹੀਂ ਬਣਾਉਣਾ ਹੈਗਾ ਇੱਦਾਂ ਸੜਕ ਨਹੀਂ ਦਿਖਾਉਣੀ ਇੱਦਾਂ ਸੜਕ ਬਣੀ ਹੋਵੇ ਇੱਦਾਂ ਨਹੀਂ ਦਿਖਾਉਣੀ ਸੜਕ ਨੂੰ ਉਹ ਕਹਿੰਦਾ ਇਕੱਲੀ ਰੇਖਾ ਨਾਲ ਹੀ ਤੁਸੀਂ ਨਿਰੂਪਿਤ ਕਰਨਾ ਹੈ ਕਿ ਇੱਕ ਸੜਕ ਵਾਸਤੇ ਤੁਸੀਂ ਇੱਕ ਰੇਖਾ ਬਣਾਉਣੀ ਠੀਕ ਹੈ ਇੰਨਾ ਪਤਾ ਲੱਗਿਆ ਅਸੀਂ ਹੁਣ ਪਹਿਲਾਂ ਇਹਨਾਂ ਨੂੰ ਇੱਥੇ ਲਿਖ ਲਈਏ ਬਣਾ ਲਈਏ ਨਾ ਅਸੀਂ 5 ਸੜਕਾਂ ਬਣਾਉਣੀਆਂ ਇਹ ਸਾਡਾ ਓਰੀਜਨ ਹੈ ਓਰੀਜਨ ਤੋਂ ਇੱਧਰ ਨੂੰ ਅਸੀਂ 5 ਸੜਕਾਂ ਬਣਾ ਲੈਂਦੇ ਹਾਂ ਠੀਕ ਹੈ 1-1 ਸੈਂਟੀਮੀਟਰ ਦੀ ਦੂਰੀ ਤੇ ਤੁਸੀਂ ਫੁੱਟਾ ਰੱਖ ਕੇ ਸਕੇਲ ਲੈ ਕੇ ਨਾ ਉਹਦੇ ਨਾਲ 1-1 ਸੈਂਟੀਮੀਟਰ ਦੂਰ ਤੇ ਨਿਸ਼ਾਨੀ ਲਾਣੀ ਹੈ 1, 2, 3, 4 ਤੇ 5 ਜੇ ਤੁਸੀਂ ਇੱਕ ਸਕੇਲ ਨਾਲ ਵੀ ਨਹੀਂ ਲਾਣੀ ਤੇ ਫਿਰ ਤੁਸੀਂ ਗ੍ਰਾਫ ਪੇਪਰ ਲੈ ਲਓ ਗ੍ਰਾਫ ਪੇਪਰ ਤੇ ਬਣ ਜਾਣਾ ਠੀਕ ਹੈ ਇਹ 1 ਨੰਬਰ ਗਲੀ ਹੋ ਗਈ 2 ਨੰਬਰ ਗਲੀ ਹੋ ਗਈ 3 ਨੰਬਰ 4 ਨੰਬਰ ਤੇ 5 ਨੰਬਰ ਤੇ 5 ਹੀ ਇਧਰ ਨੂੰ ਆ ਉਹਨੇ ਹੀ ਬੋਲਿਆ ਨਾ ਇੱਥੇ ਵੀ ਸਾਡਾ ਦੇਖੋ 1, 2, 3, 4 ਇਹ ਹੋ ਗਿਆ 5 ਠੀਕ ਹੈ ਹੁਣ ਇੱਕ ਸਮਾਨ ਅੰਤਰ ਆ ਸਮਾਨ ਅੰਤਰ ਕਿਹਦੇ ਆ ਇਸ ਧੁਰੇ ਦੇ ਇੱਧਰ ਨੂੰ ਤੇ ਇਸ ਧੁਰਾ ਕੀ ਇਹ ਸੜਕ ਦੇ ਸਮਾਨ ਅੰਤਰ ਇਹ ਵਾਲੀਆਂ ਇਹ ਵਾਲੀਆਂ ਇਹਦੇ ਸਮਾਨ ਅੰਤਰ ਚੱਲਣੀਆਂ ਤਾਂ ਇਹ 1 ਨੰਬਰ ਹੋ ਗਈ ਇੱਧਰੋਂ ਫਿਰ ਇਹ ਸਾਡੀ 2 ਨੰਬਰ ਹੋ ਗਈ 2 ਤੋਂ ਬਾਅਦ ਸਾਡੀ 3 ਨੰਬਰ ਹੋ ਗਈ ਸਾਡੀ ਗਲੀ ਤੁਸੀਂ ਸਕੇਲ ਨਾਲ ਤੁਹਾਡੀਆਂ ਪੈਰਲਲ ਜਾਣੀ ਚਾਹੀਦੀਆਂ ਮੇਰੀਆਂ ਪੈਰਲਲ ਨਹੀਂ ਜਾਂਦੀਆਂ ਪਈਆਂ ਠੀਕ ਹੈ ਫਿਰ 4 ਨੰਬਰ ਫਿਰ ਸਾਡੇ ਕੋਲ ਆ ਗਈ 5 ਨੰਬਰ ਗਲੀ ਠੀਕ ਹੈ ਇਹ ਬਿਲਕੁਲ ਤੁਹਾਡੀਆਂ ਸਮਾਨ ਅੰਤਰ ਹੋਣੀ ਚਾਹੀਦੀਆਂ 90 ਡਿਗਰੀ ਦੇ ਐਂਗਲ ਤੇ ਜੇ ਤੁਸੀਂ ਗ੍ਰਾਫ ਤੇ ਬਣਾਓਗੇ ਤਾਂ ਤੁਹਾਨੂੰ 90 ਡਿਗਰੀ ਦਾ ਐਂਗਲ ਵੀ ਨਹੀਂ ਦੇਖਣਾ ਪਏਗਾ ਬਣੀਆਂ ਹੁੰਦੀਆਂ ਉਹਦੇ ਤੇ ਠੀਕ ਹੈ ਇਹ ਪੈਰਲਲ ਹੋ ਗਈਆਂ 5 ਸੜਕਾਂ ਸਾਡੇ ਕੋਲ 5 ਗਲੀਆਂ ਹੁਣ 5 ਹੀ ਇੱਧਰ ਹੈ ਸਾਡੇ 1, 2, 3, 4 ਤੇ 5 ਠੀਕ ਹੈ ਇਹ ਸਾਡੀਆਂ ਈਸਟ ਵੈਸਟ ਜਿਹੜਾ ਧੁਰਾ ਆ ਈਸਟ ਵੈਸਟ ਜਿਹੜੀ ਸਾਡੀ ਡਾਇਰੈਕਸ਼ਨ ਹੈਗੀ ਆ ਉਹਦੇ ਸਮਾਨ ਅੰਤਰ ਹੈ ਠੀਕ ਹੈ ਇਹ ਹੁਣ ਸਾਡੇ ਤੋਂ 5 ਤੇ 5, 10 ਗਲੀਆਂ ਦਾ ਨਕਸ਼ਾ ਬਣ ਗਿਆ ਇੱਥੇ ਹੁਣ ਇੱਥੇ ਵੀ ਲਿਖ ਲੈਂਦੇ ਸੀ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਤੇ 5 ਨੰਬਰ ਗਲੀ ਆਉਂਦੀ ਪਈ ਆ ਇੱਥੇ 5 ਨੰਬਰ 4, 3, 2 ਤੇ 1 ਇੱਧਰ ਵੀ ਲਿਖ ਲਿਆ ਸਾਈਡਾਂ ਤੇ ਤਾਂ ਕਿ ਸਾਨੂੰ ਸੌਖਾ ਹੋ ਜਾਏ ਦੇਖਣਾ ਹੁਣ ਉਹ ਕੀ ਕਹਿੰਦਾ ਅੱਗੇ ਕਹਿੰਦਾ ਤੁਹਾਡੇ ਮਾਡਲ ਵਿੱਚ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ ਅਨੇਕਾਂ ਕ੍ਰਾਸ ਸਟਰੀਟਸ ਹਨ ਚੁਰਾਹੇ ਜਿੱਥੇ ਵੀ ਕੋਈ ਗਲੀ ਹੈ ਤਾਂ ਆਪਸ ਵਿੱਚ ਕੱਟਦੀਆਂ ਸੀ ਕਹਿੰਦੇ ਨਾ ਚਰਸਤਾ ਬਣਿਆ ਇੱਥੇ ਇਹ ਚਰਸਤਾ ਇੱਕ ਇਹ ਚੁਰਾਹਾ ਹੋ ਗਿਆ ਇੱਕ ਇਹ ਚੁਰਾਹਾ ਦੇਖ ਲਓ ਕਿੰਨੇ ਬੜੇ ਚੁਰਾਹੇ ਆ ਇਹਦੇ ਵਿੱਚ ਹੈਨਾ ਕਿੰਨੇ ਆ 1, 2, 3, 4, 5 ਤਾਂ ਹੋ ਗਏ 1-6 ਹੋ ਗਿਆ ਇਹ ਗਾਂ ਵੀ ਬਦਲੀ ਆ ਚਲੋ ਇਹਨਾਂ ਇਹਦੇ 5 ਇੱਧਰ 5-10, 5-15, 5-20, 5-25 ਚੁਰਾਹੇ ਹੈਗੇ ਆ ਇਹਦੇ ਵਿੱਚ ਠੀਕ ਹੈ ਤੇ ਇਹ ਕਾਫੀ ਸਾਰੇ ਚੁਰਾਹੇ ਸਾਨੂੰ ਇੱਥੇ ਦਿਖਦੇ ਪਏ ਆ ਤਾਂ ਉਹ ਕਹਿੰਦਾ ਕਿ ਜੇ ਦੂਜੀ ਸੜਕ ਉੱਤਰ ਦੱਖਣ ਦਿਸ਼ਾ ਵਿੱਚ ਜਾਂਦੀ ਹੈ ਹਨਾ ਤਾਂ 5ਵੀਂ ਸੜਕ ਪੂਰਬ ਪੱਛਮ ਦਿਸ਼ਾ ਵਿੱਚ ਜਾਂਦੀ ਹੈ ਦੂਜੀ ਸੜਕ ਉੱਤਰ ਦੱਖਣ ਦਿਸ਼ਾ ਵਿੱਚ ਇਹ ਦੂਜੀ ਸੜਕ ਇਹ ਉੱਤਰ ਦੱਖਣ ਦਿਸ਼ਾ ਵਿੱਚ ਜਾਂਦੀ ਹੈ ਠੀਕ ਹੈ ਤੇ 5ਵੀਂ ਸੜਕ ਜਿਹੜੀ ਸਾਡੀ ਈਸਟ ਵੈਸਟ ਦਿਸ਼ਾ ਵਿੱਚ ਜਾਂਦੀ ਹੈ ਹਨਾ ਪੂਰਬ ਪੱਛਮ ਵਿੱਚ ਜਾਂਦੀ ਹੈ ਤਾਂ ਇਹ ਜਿੱਥੇ ਆਪਸ ਵਿੱਚ ਮਿਲਣਗੀਆਂ ਦੂਜੀ
ਇਹ ਵਾਲੀ ਦੂਜੀ ਇਹ ਵਾਲੀ ਪੰਜਵੀਂ ਇਹ ਇੱਥੇ ਮਿਲ ਗਿਆ ਨਾ ਇਹਦਾ ਨਿਰਦੇਸ਼ਾਂਕ ਸਾਡੇ ਕੋਲ ਕੀ ਹੋ ਗਿਆ 2 ਤੇ 5 ਕਿਉਂਕਿ x ਸਾਡਾ 2 ਹੈ ਤੇ y ਸਾਡੀ 5 ਹੈ ਠੀਕ ਹੈ ਉਹਨੇ ਇੱਥੇ ਸਮਝਾਇਆ ਕਹਿੰਦਾ ਇਸ ਤਰਤੀਬ ਨਾਲ ਲੱਭਣਾ ਆ ਕਿ ਕਿੰਨੀਆਂ ਕ੍ਰਾਸ ਸਟਰੀਟਾਂ ਨੂੰ 4-3 ਮੰਨਿਆ ਜਾ ਸਕਦਾ ਹੈ ਇਹਦੇ ਵਿੱਚ ਕਿੰਨੇ ਚੁਰਾਹੇ ਆ ਜਿਹਦਾ ਨਾਂ 4 ਤੇ 3 ਹੋਏਗਾ ਠੀਕ ਹੈ ਅਸੀਂ ਪਹਿਲਾਂ 4 ਦੇਖਾਂਗੇ ਕਿਉਂਕਿ x ਐਕਸਿਸ ਤੇ ਜਿਹੜਾ ਅੱਖਰ ਪਹਿਲਾਂ ਆਉਂਦਾ ਉਹ x ਵਾਲਾ ਹੁੰਦਾ ਅਬਸਿਸਾ ਹੁੰਦਾ ਉਹ ਸੋ ਅਬਸਿਸਾ ਦੇਖਾਂਗੇ ਅਸੀਂ 4 ਤੇ ਦੂਜਾ ਉਹਨੇ ਬੋਲਿਆ ਆਰਡੀਨੇਟ ਕੀ ਬੋਲਿਆ 3 4 ਤੇ 3 ਇਹ 4 ਨੰਬਰ ਗਲੀ ਜਾਂਦੀ ਹੈ ਠੀਕ ਹੈ 4 ਨੰਬਰ ਵਾਲੀ ਲਾਈਨ ਜਾਂਦੀ ਹੈ ਨਾ ਗਲੀ ਵਾਲੀ ਤੇ 3 ਨੰਬਰ ਵਾਲੀ ਇਧਰ ਜਾਂਦੀ ਹੈ ਇਹ ਜਿੱਥੇ ਮਿਲ ਗਈਆਂ ਆਪਸ ਚ ਇਹ ਇਹ ਕਿਹੜਾ ਹੋ ਗਿਆ ਸਾਡਾ 4 ਤੇ 3 ਹੋਰ ਕੋਈ ਨਹੀਂ ਆਣਾ 4 3 ਹਨਾ 4 ਤੇ ਨਿੱਕੋ ਹੀ ਆਉਣਾ ਹੈ ਇਸ ਤੋਂ ਇਲਾਵਾ ਉਹਨੇ ਅੱਗੇ ਕੀ ਬੋਲਿਆ 3 ਤੇ 4 ਮਤਲਬ ਇਹ 3 ਨੰਬਰ ਜਾਂਦੀ ਵੀ ਗਲੀ ਇਧਰੋਂ y ਵਾਲੀ ਇਹ 4 ਆਉਂਦੀ ਇਹ ਸਾਡਾ ਇਹ ਵਾਲਾ ਪੁਆਇੰਟ ਹੋ ਗਿਆ ਇਹਨੂੰ ਕਹਾਂਗੇ ਅਸੀਂ 3 ਤੇ 4 ਇੱਥੋਂ 3 ਆ ਇਧਰ 4 ਠੀਕ ਹੈ ਤਾਂ ਇਹ ਇੱਕੋ ਇੱਕ ਹੋਣਾ ਅਸੀਂ ਇਹਦੇ ਵਿੱਚ ਦਰਸਾਣਾ ਆ ਤੇ ਅਸੀਂ ਬਾਅਦ ਚ ਇਹਦਾ ਆਨਸਰ ਲਿਖ ਲਾਂਗੇ ਕਿੰਨੀਆਂ ਕ੍ਰਾਸ ਸਟਰੀਟਾਂ ਨੂੰ 4-3 ਮੰਨਿਆ ਜਾ ਸਕਦਾ ਹੈ 1 ਤੇ ਦੂਜੇ ਦਾ ਵੀ ਆਨਸਰ ਕੀ ਹੋਣਾ 1 ਠੀਕ ਹੈ ਪਹਿਲੇ ਦਾ ਆਨਸਰ ਕੀ ਆਣਾ 1 ਤੇ ਦੂਜੇ ਦਾ ਆਨਸਰ ਕੀ ਆਣਾ 1 1 1 ਕੀ ਹੋਇਆ ਨਾ ਸੋ ਇਹ ਸਾਡਾ ਕੁਐਸਚਨ ਜਿਹੜਾ ਦੂਸਰਾ ਵੀ ਕੰਪਲੀਟ ਹੋ ਗਿਆ ਓਕੇ ਦੂਜੀ ਐਕਸਰਸਾਈਜ਼ ਲਈ ਅਸੀਂ ਫੇਰ ਮਿਲਦੇ ਆ ਤੇ ਜੇ ਮੇਰੀ ਵੀਡੀਓ ਅੱਛੀ ਲੱਗੀ ਹੋਈ ਜੇ ਸਮਝ ਲੱਗੀ ਇਹ ਸਵਾਲ ਦੀ ਹੈਨਾ ਤਾਂ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਦਬਾਉਣਾ ਭੁੱਲਣਾ ਨਹੀਂ ਬਿਲਕੁਲ ਵੀ ਤੇ ਜੇ ਵਿੱਚ ਕੋਈ ਕਮੀ ਹੈਗੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਹੈ ਤਾਂ ਕਿ ਮੈਨੂੰ ਪਤਾ ਲੱਗੇ ਕਿ ਮੇਰੇ 'ਚ ਵੀ ਕੀ ਕਮੀ ਹੈ ਓਕੇ ਬਾਏ